कोई रोड रोड की साइड पर पिया सीगा तो उन्हें देखा कि कोई बच्चा हैगा तो फिर उन्हें सानू कॉल की वीडियो भेजी उस टाइम सानू समझ नहीं आया कि बच्चा क्या किस चीज़ का हैगा आ हुण इन्ने छोटे बच्चे नूं दुध भी कड़ा पिलाईए तो उस वेले मेरी वाइफ देख रही थी गल्लां सुन रही सी इन्हें कहा कि तुसीं मेरा दुध लै जाओ तो तुसीं आह दुध उहनूं पिलाओ तो उहदी जान शायद बच जाए। मेरे हसबैंड कहते कि हूँ यदि जान कि बचाई जाए फिर मेरे एकदम माइंड च आया कि इनू की फीड की देती मैं क्या भी इनू मेरी फीड दे दो तुसी। तो फिर वह कहें कि चलो ठीक है कि इनू मेरी फीड दी तो फिर उस तो बाद हौली हौली जब फीड देनी स्टार्ट की तो उस तो बाद हूँ ठीक है। तो यदा मूँह इन्ना छोटा सगा कि जिम्मे सरिंज भी वोटी सी फिर सरिंज तो असं ड्रॉपर राही एक बूंद बूंद करके मूँह से रखते गए और यह बच्चा पीता गया जिमें जिमें दुध पीता गया ये जान भर दे गई और एक्टिव हो गया। मेरा नाम हरप्रीत कौर बख्शी है संस्था साड़ी दा ना एलिमर प्रोटेक्शन फाउंडेशन है। ਕਿਵੇਂ ਮਿਲਿਆ ਤੁਹਾਨੂੰ ਇਹ ਗਲੈਰੀ ਦਾ ਬੱਚਾ ਤੇ ਕਿਵੇਂ ਇਹਦੀ ਜ਼ਿੰਦਗੀ ਬਚਾਈ? ਇਹ ਜੀ ਸਾਨੂੰ ਕਿਸੇ ਦੀ ਕਾਲ ਆਈ ਸੀ ਰਾਤ ਨੂੰ 12 ਵਜੇ ਇਹ ਕੋਈ ਰੋਡ ਰੋਡ ਦੀ ਸਾਈਡ ਤੇ ਪਿਆ ਸੀਗਾ ਤੇ ਉਹਨੇ ਦੇਖਿਆ ਕਿ ਕੋਈ ਬੱਚਾ ਹੈਗਾ ਤੇ ਫਿਰ ਉਹਨੇ ਸਾਨੂੰ ਕਾਲ ਕੀਤੀ ਵੀਡੀਓ ਭੇਜੀ ਉਸ ਟਾਈਮ ਸਾਨੂੰ ਸਮਝ ਨਹੀਂ ਆਇਆ ਕਿ ਬੱਚਾ ਕਿਆ ਕਿਸ ਚੀਜ਼ ਦਾ ਹੈਗਾ ਆ। ਫਿਰ ਅਸੀਂ ਉਹਨੂੰ ਕਿਹਾ ਕਿ ਤੂੰ ਚੁੱਕ ਕੇ ਆਪਣੇ ਘਰ ਲੈ ਜਾ ਫਿਰ ਉਹ ਲੈ ਗਿਆ ਤੇ ਫਿਰ ਉਸ ਤੋਂ ਬਾਅਦ ਇਹ ਸੋਚਿਆ ਕਿ ਹੁਣ ਇਹਦੀ ਜਾਨ ਕਿੱਦਾਂ ਬਚਾਈਏ ਤੇ ਫਿਰ ਇਹ ਸਲਾਈਵੇ ਦੇ ਵਿੱਚ ਹੀ ਸੀਗਾ ਉਸ ਟਾਈਮ। ਤਾਂ ਫਿਰ ਇਹਨੂੰ ਕਿ ਮੇਰੇ ਹਸਬੈਂਡ ਕਹਿੰਦੇ ਕਿ ਹੁਣ ਇਹਦੀ ਜਾਨ ਕਿੱਦਾਂ ਬਚਾਈ ਜਾਵੇ ਫਿਰ ਮੇਰੇ ਇੱਕਦਮ ਮਾਇੰਡ 'ਚ ਆਇਆ ਕਿ ਇਹਨੂੰ ਕੀ ਫੀਡ ਕੀ ਦੇ ਦਿੱਤੀ ਮੈਂ ਕਿਹਾ ਵੀ ਇਹਨੂੰ ਮੇਰੀ ਫੀਡ ਦੇ ਦਿਓ ਤੁਸੀਂ। ਤਾਂ ਫਿਰ ਉਹ ਕਹਿੰਦੇ ਕਿ ਚਲੋ ਠੀਕ ਹੈ ਕਿ ਇਹਨੂੰ ਮੇਰੀ ਫੀਡ ਦਿੱਤੀ ਤਾਂ ਫਿਰ ਉਸ ਤੋਂ ਬਾਅਦ ਇਹਨੂੰ ਹੌਲੀ ਹੌਲੀ ਜਿੱਦਾਂ ਫੀਡ ਦੇਣੀ ਸਟਾਰਟ ਕੀਤੀ ਤਾਂ ਉਸ ਤੋਂ ਬਾਅਦ ਹੁਣ ਠੀਕ ਹੈ। ਇਹ ਕਿੰਨੇ ਚਿਰ ਦਾ ਹੈ ਬੱਚਾ? ਇਹ ਹੁਣ 2 ਦਿਨ ਦਾ ਹੋਇਆ ਅੱਜ। ਤੇ ਜਦੋਂ ਤੁਹਾਨੂੰ ਮਿਲਿਆ ਸੀਗਾ ਤੇ ਬਿਲਕੁਲ ਨਵਜੰਮਾ ਸੀ? ਬਿਲਕੁਲ ਨਵਜੰਮ ਸੀਗਾ। ਤੇ ਕਿਉਂਕਿ ਫੀਡ ਦੇਣਾ ਬੜੀ ਔਖੀ ਹੈ ਅੱਜ ਦੇ ਟਾਈਮ 'ਚ ਇਨਸਾਨੀਅਤ ਤਾਂ ਲੋਕ ਭੁੱਲਦੇ ਜਾ ਰਹੇ ਨੇ ਜਿੱਥੇ ਤੁਸੀਂ ਇੱਕ ਮਿਸਾਲ ਕਾਇਮ ਕੀਤੀ ਹੈ ਅਤੇ ਇਸ ਤੋਂ ਸਿਵਾਏ ਵੀ ਹੋਰ ਵੀ ਜਿਹੜੇ ਕੁਝ ਜਾਨਵਰ ਨੇ ਉਹਨਾਂ ਦੀ ਕਿਵੇਂ ਜ਼ਿੰਦਗੀ ਬਚਾਈ ਗਈ? ਜਿੱਦਾਂ ਡੋਗਸ ਹੈਗੇ ਆ ਕੋਈ ਡੋਗਸ ਦੀ ਕੋਈ ਟ੍ਰੀਟ ਮਤਲਬ ਕਿ ਕੋਈ ਡੋਗ ਹੋਏ ਕੋਈ ਸੜਕ 'ਤੇ ਕੋਈ ਸੱਟ ਲੱਗੀ ਹੁੰਦੀ ਕਿਉਂਕਿ ਅੱਜ ਕੱਲ੍ਹ ਬਾਰਿਸ਼ਾਂ ਦਾ ਮੌਸਮ ਹੈ ਉਹਨਾਂ ਦੇ ਮੈਗਿਟਸ ਪਏ ਹੁੰਦੇ ਕਈਆਂ ਨੇ ਉਸ ਟਾਈਮ ਅਸੀਂ ਉਹਨਾਂ ਨੂੰ ਉਠਾ ਦਿੰਦੇ ਹਾਂ ਤਾਂ ਜਾਂ ਅਸੀਂ ਨਹੀਂ ਹੁੰਦੇ ਕਿਸੇ ਟਾਈਮ ਤਾਂ ਉਹਨਾਂ ਨੂੰ ਕਾਲ ਕਰ ਦਿੰਦੇ ਕਿ ਤੁਸੀਂ PPR ਡਾਕਟਰ ਹੈਗੇ ਡਾਕਟਰ ਰਜਤ ਕਠੂਰੀਆ ਤੁਸੀਂ ਉਹਨਾਂ ਕੋਲ ਲਿਆਓ ਚੱਕ ਕੇ ਤਾਂ ਜੋ ਟ੍ਰੀਟਮੈਂਟ ਦਾ ਜੋ ਖਰਚਾ ਹੋਏਗਾ ਸਾਡਾ ਸਾਡੇ ਵੱਲੋਂ ਸਪੌਂਸਰ ਹੋਏਗਾ ਤੁਸੀਂ ਕੋਈ ਖਰਚਾ ਨਹੀਂ ਦੇਣਾ ਹੈਗਾ। ਅਤੇ ਬੱਚੇ ਨੂੰ ਹੁਣ ਕਾਟੋ ਦੇ ਬੱਚੇ ਨੂੰ ਕਿਵੇਂ ਰੱਖਿਆ ਗਿਆ ਹੈਗਾ ਆ ਅਤੇ ਉਹਨੂੰ ਹੁਣ ਖੁਰਾਕ ਕੀ ਦਿੱਤੀ ਜਾ ਰਹੀ? ਇਹਨੂੰ ਇੱਕ ਗਰਮ ਪਾਣੀ ਦੀ ਬੋਟਲ ਰੱਖੀ ਹੋਈ ਹੈ ਨੀਚੇ ਕਿਉਂਕਿ ਇਹਨੂੰ ਹੀਟ ਚਾਹੀਦੀ ਹੈ ਹਲੇ ਜਦੋਂ ਬੇਬੀ ਜਦੋਂ ਪੈਦਾ ਹੁੰਦਾ ਉਹਨੂੰ ਹੀਟ ਕਿਉਂਕਿ ਇਹ ਜਨਮ ਤੋਂ ਪਹਿਲਾਂ ਇਹਦਾ ਬਰਥ ਹੋ ਗਿਆ ਅਤੇ ਇਹਨੂੰ ਨੀਚੇ ਬੋਟਲ ਰੱਖ ਕੇ ਕੱਪੜੇ ਦੇ ਕੋਟਨ ਰੱਖ ਕੇ ਉੱਪਰ ਹੀਟ ਦਿੱਤੀ ਗਈ ਅਤੇ ਉਹਦੇ ਨਾਲ ਆਰਾਮ ਨਾਲ ਠੀਕ ਹੈ। ਅਤੇ ਬੱਚੇ ਦਾ ਕਿਉਂਕਿ ਇੱਕ ਛੋਟਾ ਜਿਹਾ ਬੱਚਾ ਹੈਗਾ ਆ ਅਤੇ ਇਹਨੂੰ ਤੁਸੀਂ ਫਿਰ ਆਪਣੇ ਨਾਲ ਹੀ ਰੱਖਦੇ ਹੋ? ਨਹੀਂ ਮੇਰੇ ਨਾਲ ਤਾਂ ਨਹੀਂ ਹੈਗਾ ਇਹ ਰਾਜਾ ਭਾਅ ਜੀ ਹੈਗੇ ਉਹਨਾਂ ਦੀ ਉਹਨਾਂ ਨੂੰ ਉਹਨਾਂ ਕੋਲ ਇੱਕ ਐਕਸਪੀਰੀਅੰਸ ਹੈਗਾ ਕਿ ਉਹਨਾਂ ਕੋਲ ਇੱਕ ਆਲਰੇਡੀ ਮੇਰੇ ਕੋਲ ਸੀਗੀ ਅਤੇ ਉਹਨਾਂ ਨੇ ਫਿਰ ਕਿਹਾ ਕਿ ਉਹਨਾਂ ਦੀ ਕਾਲ ਆਈ ਕਿ ਸਾਨੂੰ ਦੇ ਦਿਓ ਤੁਸੀਂ ਅਤੇ ਫਿਰ ਉਹ ਸੰਭਾਲਦੇ ਪਏ ਇਸ ਟਾਈਮ। ਅਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਇਹਨੂੰ ਫੀਡ ਦਿੱਤੀ ਅਤੇ ਹੁਣ ਇਹਨੂੰ ਫੀਡ ਕਿੰਨੀ ਦਿੱਤੀ ਜਾ ਰਹੀ? ਹੁਣ ਇਹਨੂੰ ਫੀਡ ਰਾਜਾ ਭਾਅ ਜੀ ਇਹਨੂੰ ਦੇ ਰਹੇ ਆ ਹੌਲੀ ਹੌਲੀ ਕਾਟਨ ਦੇ ਥਰੂ ਇਹਨੂੰ ਏਅਰਬਡ ਲੈ ਕੇ ਉਹਦੇ ਥਰੂ ਇਹਨੂੰ ਮਤਲਬ ਕਿ ਫੀਡ ਦਿੱਤੀ ਜਾ ਰਹੀ ਹੈ। ਜੀ ਸਾਨੂੰ ਕਾਲ ਆਈ ਸੀਗੀ ਉਸ ਵੇਲੇ ਕਿ ਇੱਕ ਛੋਟਾ ਜਿਹਾ ਬੱਚਾ ਹੈਗਾ ਇਹ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਬੱਚਾ ਵੀ ਕਿਸ ਐਨੀਮਲ ਦਾ ਕਿਉਂਕਿ ਆਸ ਪਾਸ ਨਾ ਇਹਦੀ ਮਾਂ ਸੀਗੀ ਨਾ ਭੈਣ ਭਰਾ ਸੀਗੇ ਅਤੇ ਇਕੱਲਾ ਇੱਕ ਬਿਲਕੁਲ ਛੋਟਾ ਜਿਹਾ ਬੱਚਾ ਉਹ ਵੀ ਇੱਕ ਜਦੋਂ ਬੱਚਾ ਪੈਦਾ ਹੁੰਦਾ ਨਾ ਸਲਾਈਵੇ ਦੇ ਵਿੱਚ ਹੁੰਦਾ ਇੱਕ ਤਰ੍ਹਾਂ ਦੀ ਇੱਕ ਥੈਲੀ ਹੁੰਦੀ ਸਲਾਈਵੇ ਦੀ ਉਹਦੇ ਵਿੱਚ ਸੀਗਾ ਅਸੀਂ ਗਏ ਉੱਥੇ ਸਲਾਈਵਾ ਇਹਦਾ ਖੋਲ੍ਹਿਆ ਇਹਨੂੰ ਬਾਹਰ ਕੱਢਿਆ ਹਾਲੇ ਅੱਖਾਂ ਵੀ ਨਹੀਂ ਬਣੀਆਂ ਸੀਗੀਆਂ ਸਮੇਂ ਤੋਂ ਪਹਿਲੇ ਪੈਦਾ ਹੋ ਗਿਆ ਸੀ। ਹੁਣ ਜਦੋਂ ਕੋਈ ਬੱਚਾ ਦੁਨੀਆ 'ਚ ਆਉਂਦਾ ਨਾ ਸਭ ਤੋਂ ਪਹਿਲੇ ਸੋਚਦੇ ਇਹਨੂੰ ਦੁੱਧ ਪਿਲਾਇਆ ਜਾਵੇ। ਹੁਣ ਇੰਨੇ ਛੋਟੇ ਬੱਚੇ ਨੂੰ ਦੁੱਧ ਵੀ ਕਿਹੜਾ ਪਿਲਾਈਏ ਅਤੇ ਉਸ ਵੇਲੇ ਮੇਰੀ ਵਾਈਫ ਦੇਖ ਰਹੀ ਸੀ ਗੱਲਾਂ ਸੁਣ ਰਹੀ ਸੀਗੀ ਇਹਨੇ ਕਿਹਾ ਕਿ ਤੁਸੀਂ ਮੇਰਾ ਦੁੱਧ ਲੈ ਜਾਓ ਅਤੇ ਤੁਸੀਂ ਆਹ ਦੁੱਧ ਉਹਨੂੰ ਪਿਲਾਓ ਅਤੇ ਉਹਦੀ ਜਾਨ ਸ਼ਾਇਦ ਬਚ ਜਾਵੇ। ਅਤੇ ਉਸ ਵੇਲੇ ਫਿਰ ਇਹ ਆਈਡੀਆ ਕੰਮ ਕੀਤਾ ਇਹ ਬੱਚਾ ਜਦੋਂ ਅਸੀਂ ਪਿਕਅਪ ਕੀਤਾ ਆਪਣੇ ਕੋਲ ਲੈ ਕੇ ਵੀ ਆਏ ਬੱਚਾ ਬਿਲਕੁਲ ਨਹੀਂ ਹਿਲ ਡੁੱਲ ਰਿਹਾ ਸੀਗਾ ਸਿਰਫ ਦਿਲ ਦੀ ਧੜਕਣ ਚੱਲ ਰਹੀ ਸੀਗੀ ਇੰਨਾ ਪਤਾ ਸੀ ਜ਼ਿੰਦਾ ਆ। ਅਤੇ ਜਿਹਦਾ ਇਹਦੇ ਮੂੰਹ 'ਤੇ ਅਸੀਂ ਦੁੱਧ ਨੂੰ ਜਿਵੇਂ ਸਰਿੰਜ 'ਚ ਪਾਇਆ ਅਤੇ ਇਹਦਾ ਮੂੰਹ ਇੰਨਾ ਛੋਟਾ ਸੀਗਾ ਕਿ ਜਿਵੇਂ ਸਰਿੰਜ ਵੀ ਵੱਡੀ ਸੀਗੀ ਫਿਰ ਸਰਿੰਜ ਤੋਂ ਅਸੀਂ ਡ੍ਰੋਪਰ ਰਾਹੀਂ ਇੱਕ ਬੂੰਦ ਬੂੰਦ ਕਰਕੇ ਇਹਦੇ ਮੂੰਹ 'ਤੇ ਰੱਖਦੇ ਗਏ ਔਰ ਇਹ ਬੱਚਾ ਪੀਂਦਾ ਗਿਆ। ਜਿਵੇਂ ਜਿਵੇਂ ਦੁੱਧ ਪੀਂਦਾ ਗਿਆ ਇਹਦੇ ਵਿੱਚ ਜਾਨ ਭਰਦੀ ਗਈ ਔਰ ਐਕਟਿਵ ਹੋ ਗਿਆ।
ਪ੍ਰੀ ਮੈਚਿਓਰ ਬੱਚਾ ਪਹਿਲੇ ਹੀ ਦਿਨ ਪਹਿਲੇ ਹੀ ਘੰਟੇ ਦੇ ਵਿੱਚ ਐਕਟਿਵ ਹੋ ਗਿਆ ਸੀ, ਬੜਾ ਹੈਰਾਨ ਹੋਏ। ਫਿਰ ਸਾਨੂੰ ਇੰਨਾ ਸਮਝ ਆ ਗਿਆ ਕਿ ਅਸੀਂ ਉਹਨਾਂ ਦੀ ਜਾਨ ਬਚਾ ਸਕਦੇ ਹਾਂ। ਉਸ ਵੇਲੇ ਨਹੀਂ ਪਤਾ ਸੀਗਾ ਕਿ ਰਾਤ ਕੱਢੇਗਾ, ਸਵੇਰ ਤੱਕ ਰਹੇਗਾ, ਨਹੀਂ ਰਹੇਗਾ। ਇੱਕ ਰਾਤ ਦਾ ਟਾਈਮ, ਉਹ ਤੋਂ ਬਾਰਿਸ਼ ਪੈ ਰਹੀ ਸੀ, ਉਹ ਤੋਂ ਪਾਣੀ ਖੜ੍ਹਾ ਸੀ, ਠੰਡ ਬਹੁਤ ਸੀਗੀ ਉਸ ਦਿਨ। ਵੈਸੇ ਤਾਂ ਗਰਮੀਆਂ ਦੇ ਦਿਨ ਚੱਲ ਰਹੇ ਆ, ਪਰ ਉਸ ਦਿਨ ਰਾਤੀ ਥੋੜ੍ਹਾ ਜਿਹਾ ਮਾਹੌਲ ਠੰਡਾ ਸੀਗਾ। ਅਤੇ ਦੇਖਿਆ ਜਾਂਦਾ ਕਿ ਡੋਗ ਹੋ ਗਏ, ਕੈਟ ਹੋ ਗਏ, ਹੌਰਸ ਹੋ ਗਏ, ਇੱਦਾਂ ਦੇ ਲੋਕ, ਕਿਉਂਕਿ ਲੋਕ ਇਹਨਾਂ ਨੂੰ ਪਾਲਦੇ ਵੀ ਆ, ਸ਼ੌਂਕ ਵੀ ਰੱਖਦੇ ਆ, ਲੇਕਿਨ ਇੱਕ ਕਾਟੋ ਦੇ ਬੱਚੇ ਨੂੰ ਪਾਲਣਾ ਬੜਾ ਔਖਾ ਹੁੰਦਾ, ਕਿਉਂਕਿ ਪਹਿਲੇ ਪਤਾ ਹੀ ਨਹੀਂ ਸੀਗਾ ਕਾਟੋ ਦਾ ਬੱਚਾ। ਅਸੀਂ ਤਾਂ ਬਸ, ਸਾਨੂੰ ਇਹ ਪਤਾ ਸੀ ਜਾਨ ਆ ਤਾਂ ਇੱਕ ਬੱਚਾ ਹੋਇਆ ਕੋਈ, ਇਹ ਵੀ ਨਹੀਂ, ਸਾਨੂੰ ਲੱਗਦਾ ਸੀ ਮੇ ਬੀ ਪੱਪੀ ਹੋਏਗਾ, ਪਰ ਕਿ ਪੱਪੀ ਇੰਨਾ ਛੋਟਾ ਵੀ ਨਹੀਂ ਹੁੰਦਾ, ਇਹ ਤਾਂ ਬੜਾ ਹੀ ਛੋਟਾ ਸੀਗਾ, ਢਾਈ ਕੁ ਇੰਚ ਦਾ ਸੀਗਾ। ਅਤੇ ਜਦੋਂ ਮੈਂ ਦੱਸਿਆ ਦੁੱਧ ਪੀਤਾ, ਇਹਨੇ ਮੂਵਮੈਂਟ ਕੀਤੀ, ਫਿਰ ਪਿੱਠ 'ਤੇ ਨਾ ਇਹਦੇ ਸਟ੍ਰਾਈਪਸ ਜੇ ਦਿਖੇ, ਨਿਸ਼ਾਨ ਜੇ, ਉਹ ਫਿਰ ਪਤਾ ਲੱਗਾ ਇਹ ਤਾਂ ਗਲਹਿਰੀ ਆ। ਅਤੇ ਜਾਨ ਬਚਾਉਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਗਲਹਿਰੀ ਆ, ਅਤੇ ਪਹਿਲੇ ਨਹੀਂ ਪਤਾ ਸੀ ਸਾਨੂੰ ਇਹ ਕਿਹੜਾ ਬੱਚਾ ਹੈ। ਬਹੁਤ ਜ਼ਿਆਦਾ, ਬਹੁਤ ਜੀ, ਸ਼ੁਰੂ ਤੋਂ ਬਹੁਤ ਮਾਣ ਸੀਗਾ ਜੀ, ਇਹਨੇ ਬਹੁਤ ਜਾਨਾਂ ਬਚਾਈਆਂ। ਆਪ ਹੱਥੀ ਕੀੜੇ ਕੱਢੇ ਜਾਨਵਰਾਂ ਦੇ, ਔਰ ਗਾਵਾਂ ਦੇ, ਡੋਗਸ ਦੇ, ਕੈਟਸ ਦੇ, ਅਤੇ ਇੱਦਾਂ ਦੀ ਗੱਲ ਨਹੀਂ, ਆਪਾਂ ਬਚਪਨ 'ਚ ਚੂਹੇ ਵੀ ਪਾਲੇ ਹੋਏ ਆ, ਵਾਈਟ ਰੈਡਸ ਵੀ ਪਾਲੇ ਹੋਏ ਆ। ਮੇਰੇ ਜੋ ਸਾਡੇ ਜੋ ਘਰ ਦੇ ਨਾ, ਉਹ ਐਨੀਮਲ ਲਵਰ ਆ, ਉਹਨਾਂ ਦੀ ਅੱਗੇ ਗੁੜਤੀ ਸਾਨੂੰ ਮਿਲੀ ਹੈ, ਅਤੇ ਸ਼ੌਂਕ ਸਾਨੂੰ ਇਸ ਕਰਕੇ ਉਹਨਾਂ ਤੋਂ ਮਿਲਿਆ, ਅਤੇ ਸਾਨੂੰ ਕੋਈ ਇੰਨਾ ਫਰਕ ਨਹੀਂ ਪੈਂਦਾ ਕਿ ਐਨੀਮਲ ਜਿਹੜਾ ਮਰਜ਼ੀ ਹੋਵੇ। ਆਮ, ਕਿਉਂਕਿ ਜਿਹੜਾ ਆਪਾਂ ਲਿਆ ਕੇ ਪਾਲਦੇ ਹਾਂ ਉਹ ਪਾਲਤੂ ਹੁੰਦੇ ਨੇ, ਲੇਕਿਨ ਇੱਕ ਜਾਨਵਰ ਦਾ ਬੱਚਾ ਜਿਹੜਾ, ਜਿਹਨੂੰ ਖਾਸ ਕਰ ਤਾਂ ਇਨਸਾਨ ਪਾਲ ਹੀ ਨਹੀਂ ਸਕਦਾ ਜਲਦੀ, ਉਹਨੂੰ ਤੁਸੀਂ ਪਾਲ ਰਹੇ ਨੇ, ਉਹ ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੈ? ਦੇਖੋ ਜੀ, ਬੱਚਾ ਕੋਈ ਵੀ ਹੋਵੇ, ਸ਼ੇਰ ਹੋਵੇ, ਸੱਪ ਹੋਵੇ, ਕੋਈ ਵੀ ਵਾਈਲਡ ਐਨੀਮਲ ਹੋਵੇ, ਖਤਰਨਾਕ ਤੋਂ ਖਤਰਨਾਕ ਹੋਵੇ, ਜਦੋਂ ਬੱਚਾ ਤੁਸੀਂ ਆਪਣੇ ਹੱਥੀਂ ਪਾਲਿਆ ਨਾ, ਉਹਨੇ ਤੁਹਾਨੂੰ ਹੀ ਆਪਣੀ ਮਾਂ ਸਮਝਣਾ ਹੈ, ਤੁਹਾਨੂੰ ਹੀ ਆਪਣਾ ਪਿਓ ਸਮਝਣਾ ਹੈ। ਇਹ ਤੁਹਾਡੇ ਸਖੇ ਹੋ ਜਾਣਗੇ, ਇਹਦਾ ਕੋਈ ਫਰਕ ਨਹੀਂ ਪੈਂਦਾ। ਨਹੀਂ ਭੁੱਲਦੇ ਜੀ, ਨਹੀਂ ਭੁੱਲਦੇ। ਔਰ ਜਿਹੜੇ ਆਪਾਂ ਜਾਨਵਰ ਕਹਿੰਦੇ, ਜਿੱਦਾਂ ਹੁਣ ਗਲੀ ਦੇ ਕੁੱਤੇ ਕਹਿ ਲਓ ਕਿ ਵੜਦੇ ਆ, ਜਾਂ ਕੋਈ ਵੀ ਐਨੀਮਲ ਆ ਤੁਹਾਡੇ 'ਤੇ ਅਟੈਕ ਕਰਦਾ ਆ, ਉਹ ਤੁਹਾਨੂੰ ਮਾਰਨ ਲਈ ਅਟੈਕ ਨਹੀਂ ਕਰਦਾ, ਉਹ ਬੇਸਿਕਲੀ ਉਹ ਕਿਤੇ ਨਾ ਕਿਤੇ ਖੁਦ ਡਰਿਆ ਹੁੰਦਾ, ਆਪਣੇ ਡਿਫੈਂਸ ਦੇ ਵਿੱਚ ਗਲਤੀ ਕਰ ਬੈਠਦਾ ਆ, ਉਹਦਾ ਉਹਨੂੰ ਪਤਾ ਨਹੀਂ ਹੁੰਦਾ। ਪਰ ਜਾਣ ਬੁੱਝ ਕੇ ਤਾਂ ਕੋਈ ਜਾਨਵਰ ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦਾ। ਇਸ ਤੋਂ ਸਿਵਾਏ ਹੋਰ ਕਿਹੜੇ ਕਿਹੜੇ ਐਨੀਮਲ ਨੇ ਤੁਹਾਡੀ ਫਾਊਂਡੇਸ਼ਨ ਦੇ ਵਿੱਚ ਜਿਨ੍ਹਾਂ ਦੀ ਦੇਖ ਰੇਖ ਕਰ ਰਹੇ ਹੋ, ਔਰ ਉਹਨਾਂ ਦਾ ਕਿੰਨਾ ਕੁ ਖਰਚ ਆ ਜਾਂਦਾ ਮਹੀਨੇ ਦਾ? ਦੇਖੋ, ਡਿਪੈਂਡ ਕਰਦਾ ਕੰਡੀਸ਼ਨ ਕੀ ਆ, ਅਤੇ ਜੋ ਖਰਚਾ ਹੈਗਾ ਉਹ ਕਾਫੀ ਆ ਜਾਂਦਾ, ਕਿਉਂਕਿ ਅਸੀਂ ਪ੍ਰਾਈਵੇਟ ਜੋ ਵੈਟਰਨਰੀ ਦੇ ਡਾਕਟਰ ਹੈਗੇ ਉਹ ਯੂਜ਼ ਕਰਦੇ ਹਾਂ, ਸਭ ਤੋਂ ਅੱਛੀ ਕੁਆਲਿਟੀ ਦੀ ਅਸੀਂ ਮੈਡੀਸਿਨਸ ਯੂਜ਼ ਕਰਦੇ ਹਾਂ, ਔਰ ਹੁਣ ਤੱਕ ਅਸੀਂ ਹਜ਼ਾਰਾਂ ਦੀ ਤਾਦਾਦ 'ਚ ਕਈ ਐਨੀਮਲਸ ਨੂੰ ਬਚਾ ਚੁੱਕੇ ਹਾਂ, ਜਿਹਦੇ ਵਿੱਚ ਮੌਂਕੀ, ਡੋਗ, ਕੈਟ, ਹੌਰਸ, ਕਾਊ, ਬੁੱਲ, ਕੈਟਲ, ਅਤੇ ਈਵਨ ਅਸੀਂ ਮੁਰਗੇ ਦੇ ਬੱਚੇ ਨੂੰ ਵੀ, ਬੱਕਰੀ ਦੇ ਬੱਚੇ ਨੂੰ ਵੀ, ਆਹ ਹੁਣ ਸਾਡੀ ਲਿਸਟ ਦੇ ਵਿੱਚ ਕੱਟ ਹੋ, ਯਾਨੀ ਕਿ ਗਲਹਿਰੀ ਵੀ ਐਡ ਹੋ ਗਈ। ਅਤੇ ਕਹਿਣਾ ਚਾਹੂੰਗੇ ਲੋਕਾਂ ਨੂੰ, ਕਿਉਂਕਿ ਇੱਕ ਬਹੁਤ ਵਧੀਆ ਇਹਨਾਂ ਨੇ, ਤੁਸੀਂ ਵੀ ਉਪਰਾਲਾ ਕੀਤਾ, ਤੁਹਾਡੀ ਵਾਈਫ ਨੇ ਇੱਕ ਜਾਨ ਬਚਾਈ ਹੈ ਇੱਕ ਜਾਨਵਰ ਦੀ, ਖਾਸ ਕਰ ਕਿਉਂਕਿ ਇੱਕ ਜਾਨਵਰ ਦੇ ਬੱਚੇ ਨੂੰ ਖਾਸ ਕਰ ਉਹਦੀ ਮਾਂ ਦਾ ਦੁੱਧ ਹੀ ਚਾਹੀਦਾ ਹੁੰਦਾ ਹੈ, ਲੇਕਿਨ ਇਨਸਾਨ ਦਾ ਦੁੱਧ ਪੀ ਕੇ ਅੱਜ ਉਹ ਬੱਚਾ ਆਪਣੀ ਜ਼ਿੰਦਗੀ ਜਿਹੜੀ ਬਚਾ ਗਿਆ ਹੈ। ਦੁੱਧ ਤਾਂ ਅਸਲ ਦੇ ਵਿੱਚ ਇੱਕ ਮਮਤਾ ਦਾ ਦੁੱਧ ਸੀਗਾ, ਉਹ ਮਮਤਾ ਨੇ ਬਚਾ ਲਿਆ। ਤੁਹਾਨੂੰ ਮੈਂ ਸਹੀ ਦੱਸਾਂ, ਸਾਡੇ ਦਿਮਾਗ 'ਚ ਸੀਗਾ ਕਿ ਉਸ ਵੇਲੇ ਜੇ ਆਪਾਂ ਗਾਂ ਦਾ ਦੁੱਧ ਜਾਂ ਕੋਈ ਪੈਕਟ ਵਾਲਾ ਦੁੱਧ ਪਿਲਾਉਂਦੇ ਉਹ ਉਹਦੇ ਲਈ ਭਾਰਾ ਹੋ ਸਕਦਾ ਸੀ। ਇਹ ਵੀ ਹੋ ਸਕਦਾ ਸੀ ਕਿ ਜੇ ਅਸੀਂ ਕੋਈ ਵੀ ਦੁੱਧ ਪਿਲਾ ਦਿੰਦੇ, ਕਿ ਕਈ ਕਈ ਕੋਈ ਕਹਿ ਦਿੰਦਾ ਜੀ ਕਮਰਸ਼ਲ ਦੁੱਧ ਲੈ ਲਓ, ਕੋਈ ਕਹਿੰਦਾ ਪਾਣੀ ਪਾ ਲਓ, ਜੇ ਆਪਾਂ ਰੋਂਗ ਕੁਆਂਟਿਟੀ ਜਾਂ ਰੋਂਗ ਮਿਲਕ ਆਪਾਂ ਫੀਡ ਕਰਾ ਦਿੰਦੇ ਤਾਂ ਉਹ ਦੁੱਧ ਹੀ ਜਾਨ ਦਾ, ਜਾਨ ਲੈਣ ਦਾ ਕਾਰਨ ਬਣ ਜਾਣਾ ਸੀਗਾ। ਉਹ ਦੁੱਧ ਦੀ ਵਜ੍ਹਾ ਤੋਂ ਜਾਨ ਚੱਲ ਜਾਣੀ ਸੀ, ਕਿਉਂਕਿ ਸਹੀ ਸਮੇਂ 'ਤੇ ਸਹੀ ਦੁੱਧ ਮਿਲ ਗਿਆ, ਸਹੀ ਚੀਜ਼ ਅੰਦਰ ਚਲੀ ਗਈ। ਅਤੇ ਮੇਰਾ ਖਿਆਲ ਆ ਕਿ ਇਹੀ ਇਹਦਾ ਕਾਰਨ ਆ ਕਿ ਅੱਜ ਹਲੇ ਵੀ ਸਾਡੇ ਵਿੱਚ ਹੈ, ਅਤੇ ਹੁਣ ਇਹ ਬਿਲਕੁਲ ਸੇਫ ਹੈ, ਇਹਨੂੰ ਕੁਛ ਨਹੀਂ ਹੋਏਗਾ, ਜੀ ਉੱਠੀ ਬਸ। ਕ੍ਰਿਸ਼ਮਾ ਵੀ ਕਹਿ ਸਕਦੇ ਹੋ ਕਿ ਇਹਨਾਂ ਨੇ ਆਪਣਾ ਦੁੱਧ ਪਿਲਾਇਆ, ਕਿ ਇਹਨਾਂ ਦੇ ਬੇਬੀ ਹੋਇਆ ਜਿਸਦਾ ਦੁੱਧ ਇਹਨੂੰ ਵੀ ਮਿਲਿਆ ਕਾਟੋ ਦੇ ਵਿੱਚ। ਜੀ, ਪਰਮਾਤਮਾ ਨੇ ਨਾ ਲਿਖਿਆ ਹੀ ਸੀਗਾ, ਐਸੇ ਟਾਈਮ 'ਤੇ ਹੀ ਬੱਚਾ ਮਿਲਿਆ, ਐਸੇ ਟਾਈਮ 'ਤੇ ਹੀ ਬ੍ਰੈਸਟ ਫੀਡਿੰਗ ਇਹਦੀ ਚੱਲਦੀ ਪਈ ਸੀਗੀ, ਔਰ ਇਹ ਸਭ ਲੇਖ ਸੀਗੀ ਇਹਦੀ ਕਿਸਮ, ਕਹਿੰਦੇ ਨਾ ਕੋਈ ਚੀਜ਼ ਕਿਸਮਤ ਦੇ ਵਿੱਚ ਲਿਖ ਕੇ ਆਉਂਦੀ ਹੈ, ਅਤੇ ਇਹਦੀ ਕਿਸਮਤ 'ਚ ਸੀਗਾ ਇਹ ਦੇਣਾ ਆ, ਅਤੇ ਇਸ ਬੱਚੇ ਦੀ ਕਿਸਮਤ 'ਚ ਸੀਗਾ ਇਹਨੂੰ ਇਸ ਮਾਂ ਦਾ ਦੁੱਧ ਮਿਲਣਾ ਆ, ਇਹੀ ਸਭ।